देखो ये चीते दे नराते जो होंदे ने ये बड़े शीतल और अच्छे नर होंदे ने ये क्यों कि भगवान रामचंद्र जी ने इन्हां दिनां जी जंग फतह कीती सी ये लौट के घर वापस आए सी ते ये रावण नूं मार के उहदा वध करके ते उह मतलब सुरगवास हो गए सी रावण जी उन्हों का मेला मनाया इस करके जाता कि हर साल दशहरा साड़ा जाता है ये क्यों साड़ा जाता है इस करके साड़ा जाता है बुराई नूं दूर करना से अच्छाई अच्छा काम करना चाहिए कभी बुरा काम नहीं करना चाहिए जे अगर तुहानूं करने लगे तो अपने दिल और दिमाग में कंट्रोल करके फिर चलो ये रावण ने कोई अच्छा काम नहीं किया जिहड़ी शोभा मिले उन्हें ਉਹਨੇ ਗਲਤ ਕੀਤਾ ਸੀ। ਬਾਬਾ ਜੀ ਲੰਗੂਰ ਮੇਲੇ ਦੀ ਮਾਨਤਾ ਕੀ ਹੈ, ਕੀ ਕੁਝ ਸਾਵਧਾਨੀਆਂ ਜਿਹੜੀਆਂ ਇਸ ਵਿੱਚ ਵਰਤੋਂ ਵਿੱਚ ਲਿਆਉਣੀਆਂ ਚਾਹੀਦੀਆਂ? ਵੇ ਸਾਵਧਾਨੀ ਇਹ ਹੈਗੀ ਹੈ ਪਹਿਲੇ ਨੰਬਰ ਦੇ ਉੱਤੇ ਕਿ ਵਰਤ ਵਾਲਾ ਜਿਹਨੇ ਵਰਤ ਰੱਖਣਾ ਪਰ ਬੰਦਾ ਉਹ ਰੱਖੇ ਜਿਹੜਾ ਤੰਦਰੁਸਤ ਹੋਵੇ ਜਾਂ ਤੰਦਰੁਸਤ ਭਾਵੇਂ ਆਦਮੀ ਹੋਵੇ ਭਾਵੇਂ ਜਨਾਨੀ ਹੋਵੇ ਇਹ ਮਤਲਬ ਬਿਮਾਰ ਦੇ ਵਿੱਚ ਨਹੀਂ ਵਰਤ ਰੱਖਣਾ ਚਾਹੀਦਾ। ਅਗਰ ਤੁਸੀਂ ਰੱਖ ਵੀ ਲਿੱਤਾ ਤਾਂ ਮੁੜ ਕੇ ਤੰਗ ਹੋਣਾ ਪੈਂਦਾ ਹੈ ਭਾਵੇਂ 2 ਦਿਨਾਂ ਬਾਅਦ ਜਾਂ 3 ਦਿਨਾਂ ਬਾਅਦ। ਅਤੇ ਵਰਤ ਵਾਲਾ ਆਟਾ ਜਾਂ ਦੁੱਧ ਜਾਂ ਵਾਲਾ ਫਲ ਇਹ ਖਾਣਾ ਚਾਹੀਦਾ ਵਰਤ ਦੇ ਵਿੱਚ। ਅਗਰ ਤੁਸੀਂ ਨਾ ਖਾਣਗੇ ਉਹ ਤਾਂ ਤੁਹਾਡਾ ਸਰੀਰ ਸੁੱਕਦਾ ਸੁੱਕਦਾ ਸੁੱਕ ਜਾਏਗਾ। ਅਤੇ ਕਿਉਂ ਕਰਨਾ ਤਾਂ ਹੈਗਾ ਮੈਂ ਆਪਣੇ ਖੂਨ ਨੂੰ ਸਾਫ਼ ਕਰਨਾ ਸੀ, ਸਰੀਰ ਨੂੰ ਸਾਫ਼ ਕਰਨਾ ਸੀ, ਪਵਿੱਤਰ ਹੋਣਾ ਸੀ। ਅਗਰ ਤੁਸੀਂ ਨਹੀਂ ਕਰਦੇ ਤਾਂ ਤੰਗ ਨਹੀਂ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਰੱਖੋ ਜ਼ਰੂਰ, ਇਹ ਨਹੀਂ ਕਿ ਬਾਬਾ ਜੀ ਲੰਗੂਰ ਤੁਸੀਂ ਹਨੂੰਮਾਨ ਬਣਦੇ ਹੋ, ਕਦੋਂ ਤੋਂ ਬਣਦੇ ਆ ਰਹੇ ਹੋ, ਹੁਣ ਵੀ ਤੁਸੀਂ ਬਣ ਰਹੇ ਹੋ? ਹਾਂਜੀ, ਮੈਂ ਤਕਰੀਬਨ 1975 ਦਾ ਹਨੂੰਮਾਨ ਬਣ ਲੱਗਾ ਜੀ, 1975 ਲੱਗਾ ਅੱਜ ਦਿਨ ਤੱਕ ਤਕਰੀਬਨ ਲਾਲ ਜੀ 50 ਸਾਲ ਤੋਂ ਜਾਂ 54 ਸਾਲ ਦੇ ਲਾਗੇ ਲਾਗੇ ਹੋ ਗਏ। ਅਤੇ ਅਗਰ ਮੈਂ ਇਸ ਕਰਕੇ ਬਣਿਆ ਸੀ ਕਿ ਸਾਡੀ ਰਾਮਲੀਲਾ ਦਾ ਜਿਹੜਾ ਹੈਗਾ ਸੀ ਨਾ ਹਨੂੰਮਾਨ ਰਾਮਨਾਟਕ ਗੇਟ ਖਜ਼ਾਨਾ ਉੱਥੇ ਲੱਗਦੀ ਹੁੰਦੀ ਸੀ, ਅਤੇ ਸਾਡੇ ਡਾਇਰੈਕਟਰ ਪਿਆਰਾ ਲਾਲ ਜੀ ਮਨੋਹਰ ਲਾਲ ਜੀ ਉਹ ਮਤਲਬ ਇਸ ਨੂੰ ਬਹੁਤ ਅੱਛਾ ਸਮਝਦੇ ਸੀ ਅਤੇ ਅਸੀਂ ਉਹਨਾਂ ਦੇ ਫੈਨ ਗਏ ਸੀ ਦੋਨਾਂ ਇੰਨਿਆਂ ਦੇ। ਅਤੇ ਇਸ ਕਰਕੇ ਉਹਨਾਂ ਦਾ ਹਨੂੰਮਾਨ ਨਹੀਂ ਆਇਆ ਅਤੇ ਮੈਨੂੰ ਉਹਨਾਂ ਦਾ ਖਰਚ ਲੱਗ ਜਾਂਦਾ। ਦੇਖੋ ਜੀ ਪੁੱਤਰ ਵਾਲੇ ਪੁੱਤਰ ਕੰਮ ਵਾਲੇ ਨਾਲ ਕੰਮ, ਬਿਮਾਰ ਵਾਲੇ ਨਾਲ ਠੀਕ ਕਰਦੇ ਨੇ। ਹਨੂੰਮਾਨ ਜੀ ਜਿਹੜੇ ਨੇ ਇਹ ਖੁਦ ਮਤਲਬ ਕਿ ਹਰ ਬੰਦੇ ਨੂੰ ਬੁਰਾ ਨਹੀਂ ਕਿਹਾ ਕਰਦੇ, ਇਹ ਭਲਾ ਕਰਦੇ ਨੇ। ਤੁਸੀਂ ਯਾਦ ਕਰੋ ਤੁਹਾਡੇ ਕੋਲ ਆ ਜਾਣੇ, ਇਹਨਾਂ ਦੀ ਪੈਰਾਂ ਦੀ ਘੁੰਗਣੇ ਆਵਾਜ਼ ਜਿਹੜੀ ਹੈ ਤੁਹਾਡੇ ਕਿੰਨਾ ਫਰਕ ਖੜਕੇਗੀ। ਇਹ ਤੁਸੀਂ ਇਹ ਮਤ ਸਮਝੋ ਜਾਂ ਹਨੂੰਮਾਨ ਨਹੀਂ ਸਹੀ ਹਨੂੰਮਾਨ ਮੇਰਾ ਕੋਈ ਸ਼ਰਤ ਲਾਵੇ ਜਾਂ ਮੈਂ ਕਹਿੰਦਾ ਵੀ ਤਾਂ ਹਨੂੰਮਾਨ ਨੂੰ ਮਿਲਣਾ ਅਸੀਂ ਮਿਲਾ ਦਿੰਦੇ ਹਾਂ ਜੈ ਸ਼੍ਰੀ ਸਵੇਰੇ ਤੜਕੇ ਨਿਰੋਧ ਕਰਦੇ ਹੋਏ ਸਾਡੇ ਬੱਚੇ ਨਹੀਂ ਆਉਂਦੇ, 4 ਵਜੇ ਜਾਂਦੇ ਨੇ, 6-7-8 ਵਜੇ ਆਉਂਦੇ। ਦਰਅਸਲ ਗੱਲ ਪਤਾ ਕੀ ਹੈ, ਇਹ ਨਿਰੋਧ ਇਹ ਆਪਣੀ ਮਨੋਕਾਮਨਾ, ਅਗਰ ਆਪਣੀ ਮਨੋਕਾਮਨਾ ਨੂੰ ਪੂਰੀ ਕਰਨਾ ਹੈ ਤਾਂ ਕੋਈ ਨਾ ਕੋਈ ਕਸ਼ਟ ਝੱਲਣਾ ਪੈਣਾ। ਅਗਰ ਨਾ ਝੱਲਾਂਗੇ ਤਾਂ ਤੁਹਾਡੇ ਕੰਮ ਨਹੀਂ ਹੋਏਗਾ ਪੂਰਾ, ਕਦੀ ਪੂਰਾ ਨਹੀਂ। ਕਿਉਂ ਤੁਸੀਂ ਮੂੰਹੋਂ ਕੱਢਿਆ ਇਹ ਜ਼ਬਾਨ ਜਿਹੜੀ ਸੁਰਤ ਹੋਈ ਹੈ ਇਹ ਹਰ ਟਾਈਮ ਬੰਦੇ ਨੂੰ ਯਾਦ ਕਰਾਉਂਦੀ ਹੈ ਕਿ ਇਹ ਦਿਮਾਗ ਦਿਲ ਔਰ ਦਿਮਾਗ ਕੰਟਰੋਲ ਹੈ। ਅਗਰ ਤੁਸੀਂ ਜ਼ਰਾ ਵੀ ਗਲਤ ਕੰਮ ਕਰਨਗੇ ਤੁਹਾਡਾ ਉਸ ਮੂੰਹ ਵੀ ਬੋਲੇਗਾ, ਤੁਹਾਡਾ ਦਿਮਾਗ ਵੀ ਬੋਲੇਗਾ।